जैफ बेजोस, इलॉन मस्क ते बिल गेट्स, जेकर इन्हां तिन्हां दी नेटवर्थ नूं भी मिलाया जावे तां वी इस तों किते वध दौलत सी मनसा मूसा दे कोल। इही कारण है कि उन्हां नूं इतिहास दा दुनिया दा सब तों अमीर राजा मन्निया जांदा है। अज दी इस वीडियो दे विच असीं मनसा मूसा दी कहानी दे नाल इह वी जाणांगे कि किस तरह हज दी यात्रा दे उपर निकले मनसा मूसा ने इन्ना ज्यादा सोना लोकां दे विच वंडिया जिस दे नाल कई राज हद तों वध अमीर हो गए। इह कहानी दी शुरुआत हुंदी है 1920 तों जदों मनसा मूसा दा जन्म अफ्रीका दे सब तों वड्डे राजवंश माली साम्राज दी कीटा राजवंश दे ਹੋਇਆ। ਜਨਮ ਸਮੇਂ ਇਸ ਦਾ ਨਾਮ ਮੂਸਾ ਕੀਟਾ ਰੱਖਿਆ ਗਿਆ ਸੀ, ਜਦਕਿ ਮਨਸ਼ਾ ਸ਼ਬਦ ਨੂੰ ਉਹਨਾਂ ਦੇ ਨਾਮ ਦੇ ਨਾਲ ਮਾਲੀ ਦੇ ਸਮਰਾਟ ਬਣਨ ਤੋਂ ਬਾਅਦ ਜੋੜਿਆ ਗਿਆ। ਮਨਸ਼ਾ ਸ਼ਬਦ ਦਾ ਅਰਥ ਹੁੰਦਾ ਹੈ ਬਾਦਸ਼ਾਹ। ਇਹ ਸ਼ਬਦ ਮਾਲੀ ਦੇ ਹਰ ਸਮਰਾਟ ਦੇ ਅੱਗੇ ਲੱਗਦਾ ਸੀ। ਮਨਸਾ ਮੂਸਾ ਸਾਲ 1312 ਦੇ ਵਿੱਚ ਮਾਲੀ ਸਮਰਾਜ ਦੀ ਰਾਜਗੱਦੀ ਤੇ ਬੈਠਿਆ ਸੀ, ਜਿਸ ਤੋਂ ਬਾਅਦ ਉਸਨੇ ਮਾਲੀ ਦੇ ਉੱਪਰ 25 ਸਾਲ ਯਾਨੀ ਕਿ 1337 ਤੱਕ ਰਾਜ ਕੀਤਾ। ਮਨਸਾ ਮੂਸਾ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਆਪਣੇ ਰਾਜ ਨੂੰ ਵੀ ਕਾਫੀ ਦੂਰ ਤੱਕ ਵਧਾਇਆ ਤੇ ਨਾਲ ਦੀ ਨਾਲ ਉਸਨੇ ਦੌਲਤ ਵੀ ਬਹੁਤ ਜ਼ਿਆਦਾ ਕਮਾਈ। ਮਨਸਾ ਮੂਸਾ ਬਾਰੇ ਕਿਹਾ ਜਾਂਦਾ ਹੈ ਕਿ ਉਸਨੇ ਇੰਨੀ ਦੌਲਤ ਨਮਕ ਅਤੇ ਸੋਨੇ ਦੇ ਵਪਾਰ ਤੋਂ ਕਮਾਈ ਸੀ, ਕਿਉਂਕਿ ਉਸ ਸਮੇਂ ਦੇ ਵਿੱਚ ਮਾਲੀ ਸਮਰਾਜ ਦੇ ਅੰਦਰ ਨਮਕ ਅਤੇ ਸੋਨੇ ਦੇ ਬਹੁਤ ਜ਼ਿਆਦਾ ਭੰਡਾਰ ਸਨ। ਵੈਸੇ ਤਾਂ ਅੱਜ ਉਹਨਾਂ ਦੀ ਦੌਲਤ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ, ਪਰ ਫਿਰ ਵੀ ਦੁਨੀਆ ਦੇ ਕੁਝ ਐਕਸਪਰਟ ਇਹ ਗੱਲ ਮੰਨਦੇ ਹਨ ਕਿ ਮਨਸਾ ਦੀ ਕੁੱਲ ਦੌਲਤ ਅੱਜ ਦੇ ਹਜ਼ਾਰਾਂ ਮਿਲੀਅਨ ਡਾਲਰ ਦੇ ਬਰਾਬਰ ਸੀ। ਜੇਕਰ ਇਹ ਸਾਰੇ ਅੰਕੜਿਆਂ ਨੂੰ ਸੱਚ ਮੰਨ ਲਿਆ ਜਾਵੇ ਤਾਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਵੀ ਦੁਨੀਆ ਦੇ ਵਿੱਚ ਕੋਈ ਇੰਨਾ ਜ਼ਿਆਦਾ ਅਮੀਰ ਨਹੀਂ ਹੋਇਆ। ਤੁਹਾਨੂੰ ਅੰਦਾਜ਼ੇ ਦੇ ਲਈ ਦੱਸ ਦਿੰਦੇ ਹਾਂ ਕਿ ਅੱਜ ਵੀ ਜੈਫ ਬੇਜੋਸ, ਇਲੋਨ ਮਸਕ ਅਤੇ ਬਿਲ ਗੇਟਸ ਦੀ ਜੇਕਰ ਨੈੱਟਵਰਥ ਨੂੰ ਜੋੜ ਦਈਏ ਤਾਂ ਵੀ ਉਹ 1000 ਮਿਲੀਅਨ ਡਾਲਰ ਦੇ ਬਰਾਬਰ ਨਹੀਂ ਹੋਵੇਗੀ। ਇਹ ਉਹ ਸਮਾਂ ਸੀ ਜਦੋਂ ਪੂਰੀ ਦੁਨੀਆ ਵਿੱਚ ਸੋਨਾ ਯਾਨੀ ਕਿ ਗੋਲਡ ਦੀ ਮੰਗ ਵੱਧ ਰਹੀ ਸੀ ਤੇ ਮਾਲੀ ਉਹ ਜਗ੍ਹਾ ਸੀ ਜਿੱਥੋਂ ਸੋਨਾ ਨਿਕਲਦਾ ਸੀ। ਇੱਕ ਅੰਦਾਜ਼ੇ ਦੇ ਮੁਤਾਬਕ ਉਸ ਸਮੇਂ ਮਾਲੀ ਸਮਰਾਜ ਹਰ ਸਾਲ 1000 ਕਿਲੋ ਸੋਨੇ ਦਾ ਉਤਪਾਦਨ ਕਰਦਾ ਸੀ। ਇਹ ਅੰਕੜੇ ਕਾਫੀ ਹੈਰਾਨ ਕਰਨ ਵਾਲੇ ਹਨ। ਮਾਲੀ ਸਮਰਾਜ ਅਫਰੀਕਾ ਦੇ ਦੱਖਣੀ ਹਿੱਸੇ ਦੇ ਵਿੱਚ ਸਥਿਤ ਸੀ, ਜਿਹੜਾ ਕਿ ਐਟਲਾਂਟਿਕ ਮਹਾਸਾਗਰ ਤੋਂ ਲੈ ਕੇ ਤਿੰਬਕਟੂ ਤੱਕ ਫੈਲਿਆ ਹੋਇਆ ਸੀ। ਮਨਸਾ ਮੂਸਾ ਤੋਂ ਪਹਿਲਾਂ ਮਾਲੀ ਸਮਰਾਜ ਦੇ ਉੱਪਰ ਉਹਨਾਂ ਦੇ ਵੱਡੇ ਭਰਾ ਮਨਸਾ ਅਬੂ ਬਕਰ ਦਾ ਸ਼ਾਸਨ ਹੋਇਆ ਕਰਦਾ ਸੀ। ਉਹ ਵੀ ਮਨਸਾ ਮੂਸਾ ਵਾਂਗੂ ਇੱਕ ਵਧੀਆ ਰਾਜਾ ਸੀ, ਪਰ ਉਹ ਐਟਲਾਂਟਿਕ ਮਹਾਸਾਗਰ ਨੂੰ ਪਾਰ ਕਰਕੇ ਅੱਗੇ ਦੀ ਦੁਨੀਆ ਦੇਖਣਾ ਚਾਹੁੰਦੇ ਸਨ। ਇਸ ਕਰਕੇ ਉਹਨਾਂ ਨੇ ਆਪਣਾ ਸਾਰਾ ਰਾਜਭਾਗ ਆਪਣੇ ਛੋਟੇ ਭਰਾ ਮਨਸਾ ਮੂਸਾ ਨੂੰ ਦੇ ਦਿੱਤਾ ਤੇ ਆਪ ਉਹ ਸਮੁੰਦਰ ਦੀ ਯਾਤਰਾ ਦੇ ਉੱਪਰ ਨਿਕਲ ਗਏ। ਕਿਹਾ ਜਾਂਦਾ ਹੈ ਕਿ ਉਹ ਆਪਣੀ ਸਮੁੰਦਰੀ ਯਾਤਰਾ ਦੇ ਉੱਪਰ 2000 ਸਮੁੰਦਰੀ ਜਹਾਜ਼, ਸੈਂਕੜੇ ਨੌਕਰ ਅਤੇ ਹਜ਼ਾਰਾਂ ਸੈਨਿਕਾਂ ਦੇ ਨਾਲ ਨਿਕਲੇ ਸਨ। ਆਪਣੇ ਭਰਾ ਅਬੂ ਬਕਰ ਦੇ ਜਾਣ ਤੋਂ ਬਾਅਦ ਮਨਸਾ ਮੂਸਾ ਨੇ ਉਸਦੀ ਰਾਜਗੱਦੀ ਨੂੰ ਸੰਭਾਲਿਆ। ਮਨਸਾ ਮੂਸਾ ਰਾਜਾ ਬਣਨ ਤੋਂ ਬਾਅਦ ਆਪਣੇ ਸਮਰਾਜ ਨੂੰ ਕਾਫੀ ਉਚਾਈਆਂ ਦੇ ਉੱਪਰ ਲੈ ਗਏ। ਅਸਲ ਵਿੱਚ ਮਨਸਾ ਮੂਸਾ ਨੇ ਆਪਣੇ ਸਮਰਾਜ ਨੂੰ ਕਾਫੀ ਅੱਗੇ ਤੱਕ ਵਧਾਇਆ, ਜਿਸ ਦੇ ਨਾਲ ਵਪਾਰ ਦੇ ਮੌਕੇ ਵੀ ਵੱਧ ਗਏ, ਜਿਸ ਦੇ ਨਾਲ ਉਹਨਾਂ ਦੇ ਸਮਰਾਜ ਦੇ ਵਿੱਚ ਰਹਿ ਰਹੇ ਲੋਕਾਂ ਦਾ ਜੀਵਨ ਹੋਰ ਵੀ ਵਧੀਆ ਹੋ ਗਿਆ। ਮਨਸਾ ਮੂਸਾ ਦੇ ਸ਼ਾਸਨ ਕਾਲ ਦੇ ਦੌਰਾਨ ਉਸ ਦਾ ਮਾਲੀ ਸਮਰਾਜ ਇੰਨਾ ਜ਼ਿਆਦਾ ਵੱਧ ਕੇ ਵੱਡਾ ਹੋ ਗਿਆ ਸੀ ਕਿ ਉਹ ਮੰਗੋਲ ਸਮਰਾਜ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸਮਰਾਜ ਬਣ ਗਿਆ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਮੂਸਾ ਨੇ ਆਪਣੇ ਇਸ ਸਮਰਾਜ ਨੂੰ 2000 ਮੀਲ ਤੱਕ ਫੈਲਾਇਆ ਸੀ ਤੇ ਨਾਲ ਹੀ ਇੰਨੇ ਵੱਡੇ ਸਮਰਾਜ ਦੀ ਰੱਖਿਆ ਦੇ ਲਈ ਉਸ ਦੇ ਕੋਲ 2 ਲੱਖ ਤੋਂ ਵੱਧ ਸੈਨਿਕ ਸਨ, ਜਿਨ੍ਹਾਂ ਦੇ ਵਿੱਚ 40,000 ਤੱਕ ਇਕੱਲੇ ਤੀਰ ਅੰਦਾਜ਼ ਸਨ। ਵੈਸੇ ਸ਼ੁਰੂਆਤ ਦੇ ਵਿੱਚ ਦੁਨੀਆ ਦਾ ਕੋਈ ਹੋਰ ਦੇਸ਼ ਜਾਂ ਸਮਰਾਜ ਮੂਸਾ ਦੀ ਇੰਨੀ ਬੇਸ਼ੁਮਾਰ ਅਮੀਰੀ ਬਾਰੇ ਨਹੀਂ ਜਾਣਦਾ ਸੀ। ਉਹਨਾਂ ਦੀ ਇਹ ਬੇਸ਼ੁਮਾਰ ਅਮੀਰੀ ਦਾ ਲੋਕਾਂ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਹਜ ਦੀ ਯਾਤਰਾ ਕਰਨ ਦੇ ਲਈ ਮੱਕੇ ਨੂੰ 1324 ਦੇ ਵਿੱਚ ਚੱਲੇ। ਅਸਲ ਦੇ ਵਿੱਚ ਮਨਸਾ ਮੂਸਾ ਇਸਲਾਮ ਧਰਮ ਨੂੰ ਮੰਨਣ ਵਾਲੇ ਰਾਜੇ ਸਨ, ਇਸ ਲਈ ਦੁਨੀਆ ਦੇ ਦੂਜੇ ਮੁਸਲਮਾਨਾਂ ਦੀ ਤਰ੍ਹਾਂ ਉਹ ਵੀ ਹਜ ਦੀ ਯਾਤਰਾ ਕਰਨ ਦੀ ਇੱਛਾ ਰੱਖਦੇ ਸਨ। ਉਹਨਾਂ ਦੀ ਹਜ ਦੀ ਯਾਤਰਾ ਤੇ ਚੱਲਣ ਕਾਰਨ ਹੀ ਬਾਹਰੀ ਦੁਨੀਆ ਨੂੰ ਪਤਾ ਲੱਗਿਆ ਕਿ ਅਫਰੀਕਾ ਦੇ ਵਿੱਚ ਰਹਿਣ ਵਾਲਾ ਇਹ ਰਾਜਾ ਅਸਲ ਦੇ ਵਿੱਚ ਦੁਨੀਆ ਦਾ ਸਭ ਤੋਂ ਅਮੀਰ ਰਾਜਾ ਹੈ, ਕਿਉਂਕਿ ਮੂਸਾ ਆਪਣੀ ਹਜ ਦੀ ਯਾਤਰਾ ਦੇ ਦੌਰਾਨ ਇੱਕ ਵਿਸ਼ਾਲ ਕਾਫਲੇ ਨੂੰ ਲੈ ਕੇ ਚੱਲਿਆ ਸੀ ਜਿਸ ਦੇ ਵਿੱਚ ਹਜ਼ਾਰਾਂ ਸੈਨਿਕ, ਨੌਕਰ ਚਾਕਰ ਅਤੇ ਗੁਲਾਮਾਂ ਤੋਂ ਬਿਨਾਂ ਊਠ ਵੀ ਸ਼ਾਮਲ ਸਨ। ਇੱਕ ਅੰਕੜੇ ਦੇ ਅਨੁਸਾਰ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਮੂਸਾ ਦੀ ਇਸ ਯਾਤਰਾ ਦੇ ਵਿੱਚ 60,000 ਤੋਂ ਵੱਧ ਲੋਕ ਸ਼ਾਮਲ ਸਨ। ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਮਨਸਾ ਮੂਸਾ ਕੋਈ ਕਾਫਲਾ ਨਹੀਂ ਬਲਕਿ ਪੂਰਾ ਸ਼ਹਿਰ ਹੀ ਆਪਣੇ ਨਾਲ ਲੈ ਕੇ ਚੱਲੇ ਸਨ। ਮਨਸਾ ਮੂਸਾ ਦੇ ਅੱਗੇ 500 ਲੋਕਾਂ ਦਾ ਇੱਕ ਕਾਫਲਾ ਚੱਲ ਰਿਹਾ ਸੀ, ਜਿਨ੍ਹਾਂ ਦੇ ਮਹਿੰਗੇ ਰੇਸ਼ਮ ਦੇ ਕੱਪੜੇ ਪਾਏ ਹੋਏ ਸਨ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਸੋਨੇ ਦੀਆਂ ਸੋਟੀਆਂ ਸਨ। ਮਨਸਾ ਮੂਸਾ ਦੇ ਕਾਫਲੇ ਦੇ ਵਿੱਚ 80 ਊਠਾਂ ਦੇ ਉੱਪਰ ਸੋਨਾ ਲੱਦਿਆ ਹੋਇਆ ਸੀ ਤੇ ਹਰ ਇੱਕ ਊਠ ਦੇ ਉੱਪਰ 136 ਕਿਲੋ ਸੋਨਾ ਸੀ। ਅਸਲ ਦੇ ਵਿੱਚ ਮਨਸਾ ਮੂਸਾ ਆਪਣੇ ਨਾਲ ਸੋਨਾ ਇਸ ਕਰਕੇ ਲੈ ਕੇ ਗਏ ਸਨ ਤਾਂ ਕਿ ਉਹ ਰਾਸਤੇ ਦੇ ਵਿੱਚ ਗਰੀਬ ਲੋਕਾਂ ਨੂੰ ਸੋਨਾ ਵੰਡ ਸਕਣ। ਉਹਨਾਂ ਦਾ ਇਹ ਵਿਸ਼ਾਲ ਤੇ ਆਲੀਸ਼ਾਨ ਕਾਫਲਾ ਜਿੱਥੋਂ ਵੀ ਲੰਘਦਾ ਸੀ ਲੋਕ ਉਹਨਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਸਨ। ਮਨਸਾ ਮੂਸਾ ਰਾਸਤੇ ਦੇ ਵਿੱਚ ਗਰੀਬ ਲੋਕਾਂ ਨੂੰ ਸੋਨਾ ਵੰਡਦੇ ਹੋਏ ਅੱਗੇ ਵਧ ਰਹੇ ਸਨ, ਜਿਸ ਦੇ ਕਾਰਨ ਲੋਕਾਂ ਨੂੰ ਉਹਨਾਂ ਦੀ ਅਮੀਰੀ ਦਾ ਅੰਦਾਜ਼ਾ ਹੋਣ ਲੱਗਾ ਤੇ ਉਹਨਾਂ ਨੂੰ ਆਪਣੀਆਂ ਅੱਖਾਂ ਦੇ ਉੱਪਰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਕੋਈ ਇਨਸਾਨ ਇੰਨਾ ਵੀ ਅਮੀਰ ਹੋ ਸਕਦਾ ਹੈ। ਮਨਸਾ ਮੂਸਾ ਦਾ ਇਹ ਕਾਫਲਾ ਮਾਰੂਥਲ ਨੂੰ ਪਾਰ ਕਰਦੇ ਹੋਏ ਮਿਸਰ ਦੇ ਵਿੱਚੋਂ ਦੀ ਲੰਘਿਆ। ਕਿਹਾ ਜਾਂਦਾ ਹੈ ਕਿ ਜਦੋਂ ਇਹ ਕਾਫਲਾ ਮਿਸਰ ਦੀ ਰਾਜਧਾਨੀ ਕਾਇਰਾ ਦੇ ਵਿੱਚੋਂ ਦੀ ਲੰਘਿਆ ਤਾਂ ਉੱਥੇ ਗਰੀਬ ਲੋਕਾਂ ਨੂੰ ਦੇਖ ਕੇ ਮਨਸਾ ਮੂਸਾ ਨੇ ਸੜਕ ਦੇ ਉੱਪਰ ਸੋਨੇ ਦਾ ਮੀਂਹ ਪਾ ਦਿੱਤਾ। ਮਨਸਾ ਮੂਸਾ ਨੇ ਕਾਇਰਾ ਸ਼ਹਿਰ ਦੇ ਅੰਦਰ ਬੇਸ਼ੁਮਾਰ ਦੌਲਤ ਲੋਕਾਂ ਨੂੰ ਦਿੱਤੀ ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ, ਕਿਉਂਕਿ ਉਹ ਲੋਕਾਂ ਨੇ ਇਸ ਤੋਂ ਪਹਿਲਾਂ ਕਦੇ ਵੀ ਇਕੱਠੀ ਇੰਨੀ ਦੌਲਤ ਨਹੀਂ ਦੇਖੀ ਸੀ। ਮਨਸਾ ਮੂਸਾ ਨੇ ਇਸ ਸ਼ਹਿਰ ਦੇ ਵਿੱਚ ਇੰਨਾ ਜ਼ਿਆਦਾ ਸੋਨਾ ਵੰਡਿਆ ਕਿ ਜਿਸ ਦੇ ਨਾਲ ਇੱਥੋਂ ਦੇ ਲੋਕ ਰਾਤੋਂ ਰਾਤ ਅਮੀਰ ਹੋ ਗਏ ਤੇ ਜਿਸ ਦੇ ਕਾਰਨ ਇੱਥੇ ਮਹਿੰਗਾਈ ਵੀ ਵੱਧ ਗਈ। ਮੂਸਾ 3 ਮਹੀਨੇ ਇਸ ਸ਼ਹਿਰ ਦੇ ਵਿੱਚ ਰੁਕੇ ਸਨ। ਜਦੋਂ ਪਹਿਲੀ ਵਾਰ ਮਿਸਰ ਦੇ ਰਾਜੇ ਨੂੰ ਮਿਲੇ ਸੀ ਉਦੋਂ ਉਹਨਾਂ ਨੇ ਮਿਸਰ ਦੇ ਰਾਜੇ ਨੂੰ 50,000 ਸੋਨੇ ਦੇ ਸਿੱਕਿਆਂ ਦਾ ਤੋਹਫਾ ਦਿੱਤਾ ਸੀ। ਇਸ ਦਾਨ ਦੇ ਕਾਰਨ ਹੀ ਮਿਸਰ ਦੇ ਵਿੱਚ ਸੋਨੇ ਦੀ ਮੁੰਦ
ਮਿਸਰ ਦੇ ਵਿੱਚ ਮੂਸਾ ਦੀ ਦਿਆਲੂ ਭਾਵਨਾ ਦੇ ਕਿੱਸੇ ਕਾਫੀ ਲੰਬੇ ਸਮੇਂ ਤੱਕ ਸੁਣਾਏ ਜਾਂਦੇ ਰਹੇ ਤੇ ਹੌਲੀ ਹੌਲੀ ਇਹ ਕਿੱਸੇ ਕਹਾਣੀਆਂ ਅਫਰੀਕਾ ਤੋਂ ਬਾਹਰ ਦੁਨੀਆ ਤੱਕ ਵੀ ਪਹੁੰਚਣ ਲੱਗੀਆਂ। ਉਦੋਂ ਦੁਨੀਆ ਨੂੰ ਪਤਾ ਲੱਗਣ ਲੱਗਿਆ ਕਿ ਅਫਰੀਕਾ ਦੇ ਅੰਦਰ ਇੱਕ ਮੂਸਾ ਨਾਮ ਦਾ ਬਾਦਸ਼ਾਹ ਰਹਿੰਦਾ ਹੈ ਜਿਹੜਾ ਕਿ ਹੱਦ ਤੋਂ ਵੱਧ ਅਮੀਰ ਹੈ। ਮੂਸਾ ਨੇ ਆਪਣੀ ਹੱਜ ਦੀ ਯਾਤਰਾ ਦੇ ਦੌਰਾਨ ਦੁਨੀਆ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਕਈ ਤਰ੍ਹਾਂ ਦੀਆਂ ਇਮਾਰਤਾਂ ਅਤੇ ਸਤੰਭ ਦੇਖੇ ਸਨ ਜਿਸ ਕਾਰਨ ਉਹ ਵਿਦੇਸ਼ਾਂ ਤੋਂ ਆਰਕੀਟੈਕਟ ਕਿਤਾਬਾਂ ਅਤੇ ਵਿਦਵਾਨਾਂ ਨੂੰ ਆਪਣੇ ਨਾਲ ਲੈ ਕੇ ਆਪਣੇ ਸਮਰਾਜ ਮਾਲੀ ਪਹੁੰਚੇ। ਅਸਲ ਦੇ ਵਿੱਚ ਉਹ ਆਪਣੇ ਸਮਰਾਜ ਦੇ ਅੰਦਰ ਅਜਿਹੀਆਂ ਇਮਾਰਤਾਂ, ਮਸਜਿਦਾਂ ਅਤੇ ਯੂਨੀਵਰਸਿਟੀਆਂ ਬਣਾਉਣਾ ਚਾਹੁੰਦੇ ਸਨ ਤੇ ਵਾਪਸ ਆਉਣ ਤੋਂ ਬਾਅਦ ਉਹਨਾਂ ਨੇ ਮਾਲੀ ਸਮਰਾਜ ਦੇ ਅੰਦਰ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਮਸਜਿਦਾਂ ਦਾ ਨਿਰਮਾਣ ਕਰਵਾਇਆ। ਮਾਲੀ ਸਮਰਾਜ ਦੇ ਉੱਪਰ ਲਗਾਤਾਰ 25 ਸਾਲ ਸ਼ਾਸਨ ਕਰਨ ਤੋਂ ਬਾਅਦ 1337 ਦੇ ਵਿੱਚ ਮਨਸਾ ਮੂਸਾ ਦੀ ਮੌਤ ਹੋ ਗਈ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਮਨਸਾ ਮੂਸਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਕਾਰੋਬਾਰ ਤੇ ਉਹਨਾਂ ਦੇ ਸਮਰਾਜ ਨੂੰ ਅੱਗੇ ਵਾਲੀਆਂ ਪੀੜ੍ਹੀਆਂ ਨੇ ਚੰਗੀ ਤਰ੍ਹਾਂ ਨਾਲ ਨਹੀਂ ਸੰਭਾਲਿਆ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਮਨਸਾ ਮੂਸਾ ਦੀ ਮੌਤ ਤੋਂ ਬਾਅਦ ਉੱਥੇ ਇੱਕ ਗ੍ਰਹਿ ਯੁੱਧ ਚੱਲ ਪਿਆ ਸੀ ਜਿਹੜਾ ਕਿ ਕਾਫੀ ਲੰਬੇ ਸਮੇਂ ਤੱਕ ਚੱਲਦਾ ਰਿਹਾ ਸੀ। ਇਸ ਤੋਂ ਬਿਨਾਂ ਕੁਝ ਵਿਦੇਸ਼ੀ ਸ਼ਕਤੀਆਂ ਨੇ ਵੀ ਮਾਲੀ ਸਮਰਾਜ ਦੀ ਦੌਲਤ ਲੁੱਟਣ ਦੇ ਲਈ ਇਸ ਦੇ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ। ਇਹਨਾਂ ਸਾਰੇ ਕਾਰਨਾਂ ਦੇ ਕਰਕੇ ਇਹ ਸਮਰਾਜ ਹਮੇਸ਼ਾ ਦੇ ਲਈ ਹਨੇਰੇ ਦੇ ਵਿੱਚ ਚਲਿਆ ਗਿਆ। ਜੇਕਰ ਅੱਜ ਦੀ ਗੱਲ ਕਰੀਏ ਤਾਂ ਮਾਲੀ ਦੇਸ਼ ਅੱਜ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਦੇ ਵਿੱਚੋਂ ਇੱਕ ਹੈ। ਇਸ ਜੀ ਮਨਸਾ ਮੂਸਾ ਦੇ ਬਾਰੇ ਕੁਝ ਰੌਚਕ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ Facebook ਦੇ ਪੇਜ ਜੋ ਟੀਵੀ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।